ਹੈਲੋ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਲਾਂਬਾ ਸਾਹਿਬ। ਮੈਂ ਨਿਊਯਾਰਕ ਤੋਂ ਬੋਲ ਰਹੀ ਹਾਂ, ਸੁਖਜਿੰਦਰ। ਹਾਂਜੀ ਸੁਖਜਿੰਦਰ ਜੀ। ਹਾਂਜੀ, ਮੈਂ ਹੁਣੇ ਕਲਿੱਪ ਦੇਖੀ ਸੀ ਜੋ ਇਨਸਾਨ ਉਹ ਗੱਲਾਂ ਕਰ ਰਹੇ ਨੇ ਗੁਰੂ ਸਾਹਿਬ ਜੀ ਬਾਰੇ। ਮੈਨੂੰ ਇਹ ਸੋਚ ਕੇ ਹੈਰਾਨੀ ਹੁੰਦੀ ਕਿ ਜਿਹੜੇ ਉਹਨਾਂ ਕੋਲ ਬੱਚੇ ਬੈਠੇ ਨੇ ਸਟੇਜ ਦੇ ਉੱਪਰ, ਉਹਨਾਂ ਨੂੰ ਕੀ ਸਿੱਖਿਆ ਮਿਲਣ ਦੀ ਆਪਣੇ ਧਰਮ ਬਾਰੇ। ਜੀ 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 ਬਹੁਤ ਤੇ ਇਹ ਸੋਚ ਕੇ ਵੀ ਕਿ ਉਹ ਜੋ ਲੋਕ ਜੋ ਸੰਗਤ ਉਹਨਾਂ ਨੂੰ ਸੁਣਦੀ ਪਈ ਆ, ਉਹਨਾਂ ਤੇ ਇੱਕ ਵੀ ਜਿੰਨਾ ਇੱਕ ਜਰਾ ਜਿੰਨਾ ਅਸਰ ਨਹੀਂ ਹੋਇਆ ਕਿ ਉਹ ਆਪਣੇ ਗੁਰੂ ਬਾਰੇ ਇਹ ਕੁਛ ਸੁਣਨ ਦਾ ਆ, ਤੇ ਉੱਥੇ ਕੁਛ ਵੀ ਨਹੀਂ ਬੋਲੇ। ਜੀ 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 ਕੀ ਲਾਂਬਾ ਸਾਹਿਬ, ਇੱਥੇ ਇੱਥੇ ਇਹ ਗੱਲ ਨਹੀਂ ਸੀ ਕਿ ਤੁਹਾਨੂੰ ਭਾਈ ਮਨੀ ਸਿੰਘ ਵਾਂਗ ਤੁਹਾਨੂੰ ਟੋਟੇ ਕਰਵਾਉਣੇ ਪੈਣੇ ਸੀ, ਸਿਰਫ ਦੋ ਲਫ਼ਜ਼ ਬੋਲਣੇ ਹੀ ਇਹ ਧਰਮ ਦਾ ਸਵਾਲ ਸੀ। ਐਂਡ ਆਈ ਡੋਨਟ ਨੋ ਵਾਈ ਕਿ ਉਹਨਾਂ ਨੇ ਕੁਛ ਵੀ ਨਹੀਂ ਉਹਨਾਂ ਖਿਲਾਫ਼ ਕਿਹਾ। ਮੈਂ ਉਹ ਬੰਦੇ ਦਾ ਇਨਸਾਨ ਦਾ ਨਾਮ ਹੀ ਨਹੀਂ ਲੈਣਾ ਚਾਹੂੰਗੀ ਆਪਣੀ ਜ਼ੁਬਾਨ ਤੇ ਜੋ ਮੇਰੇ ਗੁਰੂ ਸਾਹਿਬ ਬਾਰੇ ਇਹ ਕੁਛ ਬੋਲਦੇ ਨੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਹੈਲੋ, ਹਾਂਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿ ਖਾਲਸਾ ਵਾਹਿ ਜੀ ਫਤਿਹ ਜੀ। ਵਾਹਿ ਜੀ ਫਤਿਹ। ਕੌਣ ਬੋਲ ਰਹੇ ਜੀ? ਮੈਂ ਤਰਲੋਚਨ ਸਿੰਘ ਬੋਲ ਰਿਹਾ, ਬਾਲਟੀਮੋਰ ਤੋਂ ਜੀ। ਹਾਂਜੀ ਹਾਂਜੀ ਤਰਲੋਚਨ ਸਿੰਘ ਜੀ। ਹੋਰ ਜੀ ਲਾਂਬਾ ਸਾਹਿਬ ਕੀ ਹਾਲ ਚਾਲ? ਚੜ੍ਹਦੀ ਕਲਾ ਜੀ, ਬਿਲਕੁਲ ਠੀਕ ਹੈ। ਸੀ ਵੀ ਤੁਹਾਨੂੰ ਤੇ ਪਤਾ ਹੀ ਆ ਵੀ ਪਹਿਲਾਂ ਇਹਨਾਂ ਨੇ ਵਰਜੀਨੀਆ ਦੇ ਵਿੱਚ ਵੀ ਇੱਕ ਕੋਰਟ ਤੇ ਜਾ ਕੇ ਬਿਆਨ ਦਿੱਤਾ ਸੀ ਵੀ ਇਹ ਤਾਂ ਹੈ ਹੀ ਜਾਣੀ ਕਿ ਨਸ਼ਬਦਕ ਸਿੱਖ ਆ। ਉੱਥੇ ਕੀ ਬਿਆਨ ਦਿੱਤਾ ਸੀ ਭਾਈ ਸਾਹਿਬ? ਪਤਾ ਇਹਨਾਂ ਲਾਂਬਾ ਸਾਹਿਬ ਉਹਨਾਂ ਨੂੰ ਪੁੱਛ ਲਿਓ ਤੁਸੀਂ ਪ੍ਰੋਗਰਾਮ ਦੇ ਵਿੱਚ। ਨਹੀਂ, ਤੁਸੀਂ ਦੱਸੋ ਸਾਡੇ ਦਰਸ਼ਕਾਂ ਦੀ ਜਾਣਕਾਰੀ ਵਾਸਤੇ। ਹਾਂਜੀ, ਦਰਸ਼ਕਾਂ ਦੀ ਜਾਣਕਾਰੀ ਵਾਸਤੇ ਤੁਸੀਂ ਦੱਸੋ ਕੀ ਬਿਆਨ ਦਿੱਤਾ ਸੀ? ਇਹਨਾਂ ਨੇ ਕਿਹਾ ਸੀ ਵੀ ਇੱਥੇ ਇੱਥੇ ਦੇ ਜਿਹੜੇ ਗੁਰਦੁਆਰੇ ਆ ਇਹਨਾਂ ਦਾ ਕੋਈ ਤਲੁਕਾਤ ਨਹੀਂ ਉੱਥੇ ਦੇ ਗੁਰਦੁਆਰੇ ਨਾਲ, ਜਾਣੀ ਕਿ ਅਕਾਲ ਤਖਤ ਦੇ। ਅਕਾਲ ਤਖਤ ਦਾ ਉਹਨਾਂ ਤੇ ਕੋਈ ਕੋਈ ਉਹਨਾਂ ਦਾ ਅਖਤਿਆਰ ਨਹੀਂ ਹੈ। ਹਾਂਜੀ, ਉਹਨਾਂ ਦਾ ਕੋਈ ਅਖਤਿਆਰ ਨਹੀਂ। ਅੱਛਾ ਜੀ, ਤੇ ਹੁਣ ਇਦਾਂ ਦੀਆਂ ਗੱਲਾਂ ਤੇ ਉਹਨਾਂ ਦੀਆਂ ਆਮ ਹੀ ਸੁਣਨ ਚ ਆਉਂਦੀਆਂ ਨੇ। ਇਹ ਤਾਂ ਮੈਂ ਕਹਿੰਦਾ ਵਾਂ ਵੀ ਸਾਡੀ ਬੁਜ਼ਦਲੀ ਸੀ ਕਿ ਕੋਈ ਸਿੱਖ ਨਹੀਂ ਸੀ ਬੈਠਾ ਲੱਗਦਾ ਉੱਥੇ ਕੋਈ ਮੂਹਰੇ ਜਿਹੜਾ ਗੁਰੂ ਨੂੰ ਪਿਆਰ ਕਰਦਾ ਸੀ। ਜੀ ਜੀ ਠੀਕ ਹੈ ਭਾਈ ਸਾਹਿਬ, ਬਹੁਤ 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 ਧੰਨਵਾਦ। ਅਸੀਂ ਇੱਕ ਦੋ ਕਾਲਸ ਹੋਰ ਲੈ ਕੇ ਸਮਾਪਤੀ ਕਰਾਂਗੇ, ਸਾਡਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਬਹੁਤ ਬਹੁਤ ਧੰਨਵਾਦ। ਚਲੋ ਠੀਕ ਹੈ ਜੀ, ਓਕੇ, ਵਾਹਿ ਖਾਲਸਾ। ਹੈਲੋ, ਹਾਂਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਲਾਂਬਾ ਸਾਹਿਬ, ਆਪ ਜੀ ਨੇ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਕਿ ਆਪ ਜੀ ਨੇ ਇਹ ਮੁੱਦਾ ਉਠਾਇਆ ਹੈਗਾ, ਜਿਹੜੀ ਸਾਡੀ ਸੰਗਤ ਨੂੰ ਸਾਡੀ ਕੌਮ ਨੂੰ ਦੀਆਂ ਅੱਖਾਂ ਖੋਲੀਆਂ ਹੈਗੀਆਂ। ਪਰ ਇਹੋ ਜਿਹੇ ਬੰਦੇ ਨੂੰ ਤਾਂ ਇਹੋ ਜਿਹੀ ਮੌਤ ਦੇਣੀ ਚਾਹੀਦੀ ਹੈ ਜਿਹੜਾ ਇਹ ਯਾਦ ਕਰੇ ਮੁੜ ਕੇ ਦੁਬਾਰਾ, ਜਿਹੜਾ ਕਿ ਮਤਲਬ ਕੋਈ ਵੀ ਦੁਬਾਰਾ ਇਹੋ ਜਿਹੀ ਗੱਲ ਕਰਨ ਲੱਗਾ ਕਿਤੇ ਸੱਤ ਪੁਸ਼ਤਾਂ ਤੱਕ ਸੋਚੇ ਕਿ ਮਤਲਬ ਇਹ ਕੀ ਕਹਿਣਾ ਗੁਰੂ ਸਾਹਿਬਾਂ ਵਾਸਤੇ। ਚਲੋ ਦੇਖੋ, ਸਾਡਾ ਉਹ ਮਕਸਦ ਨਹੀਂ ਹੈ, ਬਲਕਿ ਜਿਹੜੀ ਹੈ ਪੰਥ ਦੇ ਵਿੱਚ ਪਰੰਪਰਾ ਹੈ, ਜਿਹੜਾ ਅਗਰ ਕੋਈ ਗਲਤੀ ਮੰਨ ਕੇ ਉਹਨੂੰ ਤਸਲੀਮ ਕਰ ਲਵੇ, ਪੇਸ਼ ਹੋ ਜਾਏ ਪੰਥ ਦੇ, ਪੰਥ ਬਖਸ਼ਿੰਦ ਹੈ, ਪੰਥ ਕੋਲ ਬਹੁਤ ਤਾਕਤ ਹੈ, ਪੰਥ ਦਾ ਹਿਰਦਾ ਬਹੁਤ ਵਿਸ਼ਾਲ ਹੈ, ਕਿਉਂਕਿ ਪ੍ਰੋਫੈਸਰ ਦਰਸ਼ਨ ਸਿੰਘ ਖੁਦ ਬੰਦਿਆਂ ਨੂੰ ਖੜੇ ਕਰਕੇ ਅਕਾਲ ਤਖਤ ਨਾਲ ਥੰਮ ਨਾ ਬੰਨ ਕੇ ਇਹ ਖੁਦ ਉੱਥੇ ਕੋਰੜੇ ਲਾਉਂਦੇ ਰਹੇ ਹੈ, ਉੱਥੇ ਤਖਤੀਆਂ ਗਲੇ 'ਚ ਪਾ ਕੇ ਲਟਕਾਉਂਦੇ ਰਹੇ ਹੈ। ਸੋ ਇਹਨਾਂ ਲਈ ਬੜੀ ਇਹ ਵੱਡੀ ਚੀਜ਼ ਹੈ, ਇਹ ਖੁਦ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਜਾਣ। ਸਾਡਾ ਅਦਾਰਾ ਜਸ ਪੰਜਾਬੀ ਦਾ ਚੈਨਲ, ਉਹਨਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ, ਉਹ ਆਪਣਾ ਸਪਸ਼ਟੀਕਰਨ ਜ਼ਰੂਰ ਦੇ ਸਕਦੇ ਹਨ, ਸਾਨੂੰ ਲਿਖਤੀ ਤੌਰ 'ਤੇ ਭੇਜ ਸਕਦੇ ਹਨ ਕਿ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਉਹ ਕਿਹੜੀ ਕਿਤਾਬ ਵਿੱਚ ਔਰ ਕਿਹੜੀ ਥਾਂ ਤੋਂ ਉਹਨਾਂ ਨੇ ਲਈ ਹੈ। ਸੋ ਇਸ ਕਰਕੇ ਸਾਨੂੰ, ਅਸੀਂ ਕਿਸੇ ਕਿਸਮ ਦੀ ਹੋਰ ਕੋਈ ਗੱਲ ਨਹੀਂ ਕਰ ਸਕਦੇ। ਪੰਥ ਦੀ ਪਰੰਪਰਾ ਹੈ ਕਿ ਅਗਰ ਕਿਸੇ ਨੇ ਗਲਤੀ ਕੀਤੀ ਹੈ ਤਾਂ ਉਹ ਪੰਥ ਦੇ ਅੱਗੇ ਪੇਸ਼ ਹੋ ਸਕਦਾ ਹੈ। ਪੰਥ ਗੁਰੂ ਦਾ ਰੂਪ ਹੈ, ਜੈਸਾ ਬਾਲਕ ਬਾਏ ਸੁਬਾਏ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ, ਬਹੁ ਭਾਂਤੀ ਬਹੁਤ ਪਿਤਾ ਗੱਲ ਲਾਵੇ। ਇਹੀ ਬਹੁਤ ਵੱਡੀ ਚੀਜ਼ ਹੈ, ਬੰਦੇ ਦਾ ਸੁਧਾਰ ਜਿਹੜਾ ਹੈ ਉਹ ਮੁੱਖ ਚੀਜ਼ ਹੁੰਦੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਅੰਕਲ ਜੀ ਇੱਕ ਗੱਲ ਹੋਰ, ਨਹੀਂ ਆਪਾਂ ਨਾ ਹੋਰ ਇਸ ਤੇ ਨਾ ਕਰੀਏ, ਸਾਨੂੰ ਇਜਾਜ਼ਤ ਦਿਓ, ਅਸੀਂ ਹੋਰ ਕਾਲ ਲੈ ਲਈਏ, ਫਿਰ ਆਪਾਂ ਗੱਲ ਕਰਾਂਗੇ। ਥੈਂਕ ਯੂ, ਥੈਂਕ ਯੂ। ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਦਲਜੀਤ ਸਿੰਘ ਕਲਾਰ ਬੋਲਦਾ ਐਵਲੀਨ ਟੈਕਸਸ ਤੋਂ। ਕਿੱਥੋਂ ਜੀ? ਐਵਲੀਨ ਟੈਕਸਸ ਤੋਂ। ਅੱਛਾ ਅੱਛਾ। ਜਿਹੜੀ ਆ ਗੱਲ ਉਹਨਾਂ ਨੇ ਕਹੀ ਆ ਬਹੁਤ ਹੀ ਘਟੀਆ ਘਨਾਉਣੀ ਗੱਲ ਆ। ਹਾਂਜੀ। ਜੇ ਮੈਂ ਕਹਾਂ ਵੀ ਕਣਕ ਦੇ ਵਿੱਚ ਫਸਲ ਹੁੰਦੀ ਆ, ਉਹਦੇ ਵਿੱਚ ਕਾਂਗਿਆਰੀ ਕੋਈ ਬੀਜਦਾ ਨਹੀਂ। ਹਾਂਜੀ। ਉਹ ਆਪਦੇ ਆਪ ਹੀ ਪੈਦਾ ਹੋ ਜਾਂਦੀ ਆ। ਬਿਲਕੁਲ ਸਹੀ। ਤੇ ਐਡੀ ਘਟੀਆ ਇਨਸਾਨ ਨਾਲ ਇਹਨਾਂ ਨੂੰ ਸਾਡੇ ਗੁਰੂਆਂ ਦੀ ਕੁਰਬਾਨੀ ਦੀ ਕਦਰੀ ਕੋਈ ਨੀ। ਪੁੱਤ ਹੋ ਜਾਂਦੇ ਨੇ। ਹਾਂਜੀ। ਇਹ ਉਹ ਗੱਲ ਆ। ਮੈਂ ਹੁਣ ਗਲਤੀ ਤੁਸੀਂ ਮੈਂ ਸੁਣ ਰਿਹਾ ਤੁਹਾਨੂੰ ਵੀ ਗਲਤੀ ਮਾਫ਼ ਕਰਨ ਵਾਲੀ, ਕੁਛ ਗਲਤੀਆਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਨਹੀਂ ਮਾਫ਼ ਕਰਨ ਵਾਲੀ। ਇਸ ਬੰਦੇ ਨੂੰ ਗਲਤੀ ਮਾਫ਼ ਕਰਨ ਵਾਲੀ ਮਾਫ਼ੀ ਨਾਵਾ ਇਹਦੇ ਲਈ ਹੈ ਮੇਰੇ ਖਿਆਲ ਚ ਹੋਣਾ ਹੀ ਨਹੀਂ ਚਾਹੀਦਾ ਡਿਕਸ਼ਨਰੀ ਚ ਇਹੋ ਜਿਹੇ ਬੰਦੇ ਨੂੰ। ਘਟੀਆ ਇਨਸਾਨ ਆ ਮੇਰੇ ਖਿਆਲ ਚ। ਜੇ ਉਹ ਸੁਣਦਾ ਹੋਊਗਾ ਉਹਨੂੰ ਸਾਰੀ ਰਾਤ ਥਿੰਕ ਕਰੇ ਤੇ ਉਹਨੂੰ ਨੀਂਦ ਨਹੀਂ ਆਉਣੀ ਚਾਹੀਦੀ ਵੀ ਤੂੰ ਆਹ ਗੱਲ ਕਹਿ ਰਿਹਾ। ਲਾਹਣਤ ਤੇਰੇ ਵਾਸਤੇ। ਮੇ ਵੀ ਉਹਦੀ ਡਰਿੰਕ ਤਾਂ ਨਹੀਂ ਕੀਤੀ ਹੋਈ ਸੀ ਵੀ ਇਹ ਗੱਲ ਕਹਿ ਰਿਹਾ ਸੀ। ਸਾਨੂੰ ਇਸ ਗੱਲ ਦਾ ਆਪ ਬਹੁਤ ਦੁੱਖ ਹੈ ਜੀ, ਤੇ ਅਸੀਂ ਆਪ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦੇ ਸੀ। ਲਾਂਬਾ ਸਾਹਿਬ ਜੋ ਲੈ ਕੇ ਆਏ, ਮੈਂ ਸੁਣ ਕੇ ਆਪ ਹੈਰਾਨ ਹੋਇਆ ਵੀ ਇਹੋ ਜਿਹੀ ਗੱਲ ਕਿੱਦਾਂ ਕਹਿ ਸਕਦਾ ਇੱਕ। ਸਾਡਾ ਮਕਸਦ ਵੀ ਇਹੀ ਹੈ ਕਿ ਮੁੜ ਕੋਈ ਐਸੀ ਜ਼ਰੂਰਤ ਨਾ ਕਰੇ ਕਿ ਪੰਥ ਜਿਹੜੀ ਹੈ, ਪੰਥ ਅਜੇ ਜ਼ਿੰਦਾ ਹੈ, ਪੰਥ ਅਜੇ ਇਹ ਨਾ ਸਮਝੇ ਕਿ ਪੰਥ ਮਰ ਚੁੱਕਾ ਹੈ। ਪੰਥ ਕਾਇਮ ਹੈ ਔਰ ਗੁਰੂ ਦਾ ਪੰਥ ਹੈ ਔਰ ਪੰਥ ਆਪਣਾ ਫਰਜ਼ ਪਛਾਣਦਾ ਹੈ ਔਰ ਇਹ ਸਿਰਫ ਆਪ ਦੀ ਗਿਆਤ ਲਈ ਇਹ ਲਿਆਉਣਾ ਜ਼ਰੂਰੀ ਸੀ। ਬਹੁਤ ਬਹੁਤ ਧੰਨਵਾਦ। ਹੈਲੋ 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 ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਕੌਣ ਬੋਲ ਰਹੇ ਭਾਈ ਸਾਹਿਬ? ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋ ਸਾਡੇ ਨਾਲ। ਟੀਵੀ ਦੀ ਆਵਾਜ਼ ਬੰਦ ਕਰ ਦਿਓ। ਮੈਂ ਨਿਰੰਜਨ ਸਿੰਘ ਬੋਲਦਾ ਜੀ। ਕਿੱਥੋਂ? ਇੱਥੋਂ ਨਿਊ ਜਰਸੀ ਤੋਂ। ਹਾਂਜੀ, ਹੁਕਮ ਕਰੋ। ਇਹਨੂੰ ਤਾਂ ਅੱਜ ਮਾਰ ਦੇਣਾ ਚਾਹੀਦਾ ਜੇ ਮੈਂ। ਨਹੀਂ ਭਾਈ ਸਾਹਿਬ, ਇਦਾਂ ਦੀਆਂ ਨਾ ਕਰੋ ਗੱਲਾਂ। ਇਹਨੂੰ 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 ਸ਼ਰਮ ਦੀ ਜਿਹੜੀ ਗੱਲ ਹੈ ਨਾ, ਅੱਖਾਂ ਦੀ ਮਾਰ ਮਾਰੋ, ਇਹਨੂੰ ਦਬਕੇ ਮਾਰੋ, ਤੁਸੀਂ ਤੇ ਇਦਾਂ ਦੀ ਨਾ ਕਰੋ। ਮਿਹਰਬਾਨੀ ਤੁਹਾਡੀ, ਥੈਂਕ ਯੂ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਬੋਲ ਰਿਹਾ ਜੀ, ਮੈਂ ਵੀ ਭਮਰਾ ਸਾਹਿਬ ਤੁਹਾਡੇ ਸਾਹਮਣੇ ਰੂਬਰੂ। ਭਮਰਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਰ, ਮੈਂ ਆਪਣਾ ਪ੍ਰੋਗਰਾਮ ਦੇਖ ਰਿਹਾ ਸੀ। ਕੌਣ ਬੋਲ ਰਹੇ ਭਾਈ ਸਾਹਿਬ? ਆਪਣਾ ਤਾਰਫ ਕਰਾਓ। ਮੈਂ ਬਲਦੇਵ ਸੈਣੀ ਬੋਲਿਆ ਜੀ, ਅਲਬਨੀ ਤੋਂ। ਅੱਛਾ ਅੱਛਾ। ਸਰ, ਇਹ ਜੋ ਪ੍ਰੋਗਰਾਮ ਦੇਖਿਆ ਇਹਨਾਂ, ਮੇਰੀ ਤਾਂ ਆਤਮਾ ਹਿੱਲ ਗਈ ਹੈ। ਸਾਡੀ ਵੀ ਹਿੱਲੀ ਪਈ ਹੈ, ਤਾਂ ਹੀ ਤੁਹਾਡੇ ਅੱਗੇ ਪੇਸ਼ ਕਰ ਰਹੇ ਭਾਈ। ਦੱਸੋ ਕੀ ਕਰਨਾ ਚਾਹੀਦਾ। ਕਿਹਾ ਨਾ ਕਿ ਅਕਾਲ ਤਖ਼ਤ ਜਿਹੜਾ ਇਹਨਾਂ ਮਾਫ਼ ਕਰ ਸਕਦਾ, ਇਹ ਮਾਫ਼ੀ ਦੇ ਯੋਗ ਨਹੀਂ। ਇਹ ਕਰੋੜਾਂ ਆਦਮੀਆਂ ਦੀ ਭਾਵਨਾ ਨੂੰ ਠੇਸ ਪਹੁੰਚਾਇਆ, ਸਾਡੇ ਗੁਰੂ ਮਹਾਰਾਜ ਦੇ ਵਿਰੁੱਧ ਗਿਆ, ਇਹ ਮਾਫ਼ੀ ਦੇ ਕਾਬਲ ਨਹੀਂ ਜੀ। ਬਾਕੀ ਇਹ ਮੇਰੀ ਭਾਵਨਾ ਜ਼ਰੂਰ ਉਹਨਾਂ ਨੂੰ ਪਹੁੰਚਾਉਣਾ, ਮਾਫ਼ੀ ਦੇ ਕਾਬਲ ਬਿਲਕੁਲ ਨਹੀਂ ਹੈ। ਠੀਕ ਹੈ ਭਾਈ ਸਾਹਿਬ, ਅਤੇ ਬਹੁਤ ਬਹੁਤ ਸਾਰੇ ਸਰੋਤਿਆਂ ਦਾ, ਦਰਸ਼ਕਾਂ ਦਾ, ਇਹ ਬੜੇ ਦੁਖੀ ਮਨ ਨਾਲ ਜਿਹੜਾ ਹੈ ਅਸੀਂ ਇਹ ਪ੍ਰੋਗਰਾਮ ਪੇਸ਼ ਕੀਤਾ ਹੈ। ਇਹ ਮੁੱਦਾ ਇੱਕ ਪਾਸੇ ਤਾਂ ਅੱਲਾ ਯਾਰ ਖਾਂ ਜੋਗੀ ਰਹਿਮਾਨੀ ਵਰਗੇ ਕਹਿੰਦੇ ਹਨ, ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ ਵੋ ਕਮ ਹੈ, ਹਰ ਚੰਦ ਮੇਰੇ ਹਾਥ ਮੇ ਪੁਰਜ਼ੋਰ ਕਲਮ ਹੈ, ਸਤਿਗੁਰੂ ਕੇ ਲਿਖੂ ਵਸਫ ਕਹਾਂ ਤਾਬੇ ਰਕਮ ਹੈ, ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਗਰ ਕੋ ਜਾਂ ਮੰਝਧਾਰ ਕੋ ਜਾਂ ਲਹਿਰ ਕੋ ਦੇਖੇ। ਜਿਹੜੇ ਗੁਰੂ ਸਾਹਿਬ ਪਰਤਨ ਗਾਮੀ ਲਈ ਇਤਨੀ ਵੱਡੀ ਉਸਨੂੰ ਬਜਰ ਕੁਰੈਤ ਕਹਿ ਰਹੇ ਹਨ, ਜਿਹੜੇ ਬੁਰੇ ਕੰਮ ਨੂੰ ਸੋਚਣ ਦੇ ਉੱਤੇ ਵੀ ਜਿਹੜੀ ਇਤਨੀ ਮਮਾਨੀਅਤ ਕਰ ਰਹੇ ਹਨ, ਜਿਹੜੀ ਚਰਿੱਤ
ਚਰਿੱਤਰ ਉਪਾਖਿਆਨ ਦੇ 20-21-22-23 ਜਿਹੜਾ ਚਰਿੱਤਰ ਹੈ ਉਸ ਦੇ ਵਿੱਚ ਉਹ ਸਾਰੀ ਵਾਰਤਾਲਾਪ ਹੈ ਉਸ ਔਰਤ ਦੀ ਔਰ ਉਸ ਕਹਾਣੀ ਦੇ ਵਿੱਚ ਜਿਸ ਤਰ੍ਹਾਂ ਸਰਦਾਰ ਕਪੂਰ ਸਿੰਘ ਨੇ ਦੱਸਿਆ ਹੈ ਇੱਕ ਮਿਥਕ ਇੱਕ ਕਹਾਣੀ ਔਰ ਲਿਟਰੇਚਰ ਦੇ ਵਿੱਚ ਦੋਨਾਂ ਦੀ ਵਾਰਤਾਲਾਪ ਦੋਨਾਂ ਦੇ ਡਾਇਲਾਗ ਔਰ ਕਨਵਰਸੇਸ਼ਨ ਦੇ ਨਾਲ ਅਗਰ ਕੋਈ ਬੰਦਾ ਕੋਈ ਵਿਅਕਤੀ ਅਗਰ ਉਸ ਵਾਰਤਾ ਨੂੰ ਧਿਆਨ ਨਾਲ ਪੜ੍ਹੇਗਾ ਤਾਂ ਉਸਦਾ ਕਰੈਕਟਰ ਜ਼ਰੂਰ ਉੱਚਾ ਹੋਏਗਾ ਔਰ ਗੁਰੂ ਸਾਹਿਬ ਨੇ ਜਿਹੜੀ ਅਖੀਰਲੀ ਗੱਲ ਕਹੀ ਹੈ ਇਹ ਸਾਰੇ ਚਰਿੱਤਰ ਸੁਣਨ ਤੋਂ ਬਾਅਦ ਸੁਨੇ ਗੁੰਗ ਜੋ ਯਾ ਇਸ ਰਸਨਾ ਪਾਵੀ ਸੁਨੇ ਮੂੜ ਚਿਤ ਲਾਏ ਚਤਰਤਾ ਪਾਵੀ ਅਗਰ ਕੋਈ ਮੂਰਖ ਬੰਦਾ ਚਿਤ ਲਾ ਕੇ ਸੁਣੇਗਾ ਉਸ ਨੂੰ ਚਤਰਤਾ ਆਏਗੀ ਪਰ ਜੇ ਅਗਰ ਇਸ ਤਰੀਕੇ ਨਾਲ ਅਗਰ ਕੋਈ ਕਰੇਗਾ ਤੇ ਉਹ ਪੜ੍ਹਿਆ ਲਿਖਿਆ ਮੂਰਖ ਹੀ ਕਿਹਾ ਜਾਏਗਾ ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਕ ਅਹੰਕਾਰ ਪਰ ਗੁਰੂ ਨਿੰਦਾ ਤੋਂ ਵੱਡਾ ਕੋਈ ਹੋਰ ਕੁਕਰਮ ਇਸ ਧਰਤੀ ਦੇ ਉੱਤੇ ਨਹੀਂ ਹੋ ਸਕਦਾ ਭਾਰੇ ਪੋਏ ਅਕਿਰਤ ਕਣ ਮੰਦੀ ਹੂੰ ਮੰਦੇ ਸੋ ਇਹ ਪ੍ਰੋਗਰਾਮ ਜਿਹੜਾ ਸੀ ਵਿਸ਼ੇਸ਼ ਇਹ ਮੁੱਦਾ ਲੈ ਕੇ ਅਸੀਂ ਆਪ ਦੀ ਕਚਹਿਰੀ ਵਿੱਚ ਹਾਜ਼ਰ ਹੋਏ ਹਾਂ ਪਰ ਇਹ ਗੱਲ ਇੱਥੇ ਮੁੱਕਦੀ ਨਹੀਂ ਇਹ ਕਹਾਣੀ ਚੱਲਣੀ ਹੈ ਸੋ ਸਾਡੀ ਤੁਹਾਨੂੰ ਬੇਨਤੀ ਹੈ ਨਿਮਰਤਾ ਸਾਹਿਬ ਕਿ ਤੁਸੀਂ ਇਸ ਬਾਰੇ ਜ਼ਰੂਰ ਸਾਨੂੰ ਈਮੇਲ ਕਰੋ info@jaspunjabi.com ਜਾਂ lamba@jaspunjabi.com ਇਸ ਦੇ ਇਲਾਵਾ ਤੁਸੀਂ ਸਾਨੂੰ ਖਤ ਵੀ ਲਿਖ ਸਕਦੇ ਹੋ ਔਰ ਆਪਣੇ ਉਪਰਾਲੇ ਆਪਣੇ ਪੱਧਰ ਦੇ ਉੱਤੇ ਇਹ ਤੁਹਾਡਾ ਫਰਜ਼ ਹੈ ਤੁਹਾਡਾ ਹੱਕ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਜ਼ਰੂਰ ਤੁਸੀਂ ਈਮੇਲਸ ਕਰੋ ਚਿੱਠੀਆਂ ਪਾਓ ਕਿ ਇਸ ਚੀਜ਼ ਨੂੰ ਦਰਕਿਨਾਰ ਕਰਨਾ ਜਾਂ ਇਸ ਨੂੰ ਨਜ਼ਰਅੰਦਾਜ਼ ਕਰਨਾ ਇਹ ਬਹੁਤ ਵੱਡੀ ਗਲਤੀ ਹੋਏਗੀ ਇਹ ਬਹੁਤ ਵੱਡੀ ਅਣਗਹਿਲੀ ਹੋਏਗੀ।